ਵੱਡੀ ਖਬਰ ਪੰਥਕ ਸੀਟ ਤੋਂ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹਾਂ, ਜਿੱਥੇ ਅੰਮ੍ਰਿਤਪਾਲ ਦੀ ਜਿੱਤ ਪੱਕੀ ਹੋ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਕਾਫੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ। ਤੇ ਗੱਲ ਕਰਦੇ ਹਾਂ ਵਿਰਸਾ ਸਿੰਘ ਵਲਟੋਹਾ ਦੀ, ਜੋ ਸਿੱਧੀ ਟੱਕਰ ਅੰਮ੍ਰਿਤਪਾਲ ਨਾਲ ਆਪਣੀ ਦੱਸ ਰਹੇ ਸੀ। ਤਾਂ ਵਿਰਸਾ ਸਿੰਘ ਵਲਟੋਹਾ ਨਾ ਦੂਸਰੇ, ਨਾ ਤੀਸਰੇ, ਨਾ ਚੌਥੇ, ਪੰਜਵੇਂ ਨੰਬਰ ਤੇ ਨਜ਼ਰ ਆ ਰਹੇ। ਤਾਂ ਵਿਰਸਾ ਸਿੰਘ ਵਲਟੋਹਾ 61,179 ਵੋਟਾਂ ਪਈਆਂ ਨੇ ਉਹਨਾਂ ਨੂੰ ਤੇ ਉਹ ਪੰਜਵੇਂ ਨੰਬਰ ਤੇ ਚੱਲ ਰਹੇ ਨੇ। ਉਹਨਾਂ ਤੋਂ ਅੱਗੇ 61,361 ਵੋਟਾਂ ਦੇ ਨਾਲ ਚੱਲ ਰਹੇ ਨੇ ਮਨਜੀਤ ਸਿੰਘ ਮੰਨਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ। ਪਹਿਲੇ ਨੰਬਰ ਤੇ ਚੱਲ ਰਹੇ ਨੇ ਅੰਮ੍ਰਿਤਪਾਲ ਸਿੰਘ, ਦੂਜੇ ਤੇ ਕੁਲਬੀਰ ਜ਼ੀਰਾ ਤੇ ਤੀਜੇ ਤੇ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਤੋਂ। ਤਾਂ ਤੁਹਾਡੇ ਨਾਲ ਇਹ ਖਬਰ ਨਸ਼ਰ ਕਰ ਰਹੇ ਹਾਂ ਕਿ ਬੀਜੇਪੀ ਦੇ ਕੈਂਡੀਡੇਟ ਨੂੰ ਵਲਟੋਹਾ ਤੋਂ ਵੱਧ ਵੋਟਾਂ ਪਈਆਂ ਨੇ। ਅੰਮ੍ਰਿਤਪਾਲ ਦੀ ਖਡੂਰ ਸਾਹਿਬ ਦੀ ਸੀਟ ਤੇ ਜਿੱਤ ਪੱਕੀ ਹੋ ਸਕਦੀ ਹੈ। ਕੌਮੀ ਪਾਰਟੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਈਆਂ। ਜੀ ਹਾਂ, ਕੌਮੀ ਪਾਰਟੀ ਐਸ ਜੀ ਪੀ ਸੀ ਦੇ ਨਾਲ ਸਿੱਧੀ ਲਿੰਕਡ ਪਾਰਟੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਈਆਂ ਨੇ। ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਦੀ ਪਾਰਟੀ ਤੇ ਭਰੋਸਾ ਨਹੀਂ ਜਤਾਇਆ, ਵਲਟੋਹਾ ਤੇ ਭਰੋਸਾ ਨਹੀਂ ਜਤਾਇਆ। ਤਾਂ ਤੁਹਾਨੂੰ ਦੱਸ ਦਈਏ ਕਿ ਵਲਟੋਹਾ ਅੰਮ੍ਰਿਤਪਾਲ ਸਿੰਘ ਦੇ ਨਾਲ ਆਪਣਾ ਕੰਪੈਰੀਜ਼ਨ ਕਰਦੇ ਹੋਏ ਦੱਸਦੇ ਸਨ ਕਿ ਉਹਨਾਂ ਦੇ ਵੱਲੋਂ ਵੀ 10 ਸਾਲ ਜੇਲ੍ਹ ਕੱਟੀ ਜਾ ਚੁੱਕੀ ਆ, ਉਹਨਾਂ 'ਤੇ ਵੀ NSA ਲੱਗਿਆ ਸੀ, ਤਾਂ ਉਹਨਾਂ ਨੇ ਵੀ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈ। ਤਾਂ ਉਹਨਾਂ ਦੇ ਹੱਕ 'ਚ ਸੁਖਬੀਰ ਬਾਦਲ ਦੇ ਵੱਲੋਂ ਵੀ ਵੱਡੇ ਬਿਆਨ ਦਿੱਤੇ ਗਏ ਸੀ ਕਿ ਵਲਟੋਹਾ ਸਾਡੀ ਪਾਰਟੀ ਦਾ ਹੀਰਾ ਹੈ। ਤਾਂ ਅੰਮ੍ਰਿਤਪਾਲ ਨੂੰ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ 2,78,066 ਵੋਟਾਂ ਪਈਆਂ ਨੇ। ਤਾਂ ਖਡੂਰ ਸਾਹਿਬ ਦੀ ਵੱਡੀ ਸੀਟ, ਪਹਿਲੇ ਦਿਨ ਤੋਂ ਇਸ ਸੀਟ 'ਤੇ ਚਰਚਾ ਹੋ ਰਹੀ ਹੈ ਕਿਉਂਕਿ ਜਿਸ ਦਿਨ ਦਾ ਅੰਮ੍ਰਿਤਪਾਲ ਸਿੰਘ ਨੇ ਉਮੀਦਵਾਰ ਵਜੋਂ ਆਪਣਾ ਨਾਂ ਐਲਾਨਿਆ ਸੀ, ਉਸ ਦਿਨ ਤੋਂ ਬਾਅਦ ਇਹ ਸੀਟ ਖਾਸ ਹੋ ਗਈ ਕਿਉਂਕਿ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ। ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਸਾਰੀ ਕੈਂਪੇਨ ਕੀਤੀ ਗਈ, ਤਾਂ ਕਹਿ ਸਕਦੇ ਹੋ ਕਿ ਪਰਿਵਾਰ ਦੀ ਮਿਹਨਤ ਦਾ ਫਲ ਲੋਕਾਂ ਨੇ ਝੋਲੀ 'ਚ ਪਾਇਆ ਹੈ। 2,78,066 ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਜਿੱਤ ਹੈ ਉਹ ਹੁਣ ਪੱਕੀ ਹੁੰਦੀ ਦਿਖਾਈ ਦੇ ਰਹੀ ਹੈ। ਤਾਂ ਕੁਲਬੀਰ ਜ਼ੀਰਾ ਦੂਜੇ ਨੰਬਰ 'ਤੇ, ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜ਼ੀਰਾ ਲਾਲਜੀਤ ਸਿੰਘ ਭੁੱਲਰ ਨੂੰ ਪਿੱਛੇ ਛੱਡਦੇ ਹੋਏ ਦਿਖਾਈ ਦੇ ਰਹੇ ਨੇ। ਪਰ ਪਹਿਲੇ ਨੰਬਰ 'ਤੇ ਤਾਂ ਅੰਮ੍ਰਿਤਪਾਲ ਸਿੰਘ ਤੈਨਾਤ ਨੇ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਕੁਲਬੀਰ ਜ਼ੀਰਾ ਤੋਂ 1,20,994 ਵੋਟਾਂ ਦੀ ਲੀਡ 'ਤੇ ਨੇ। ਤਾਂ ਦੇਖ ਸਕਦੇ ਹੋ ਕਿ ਖਡੂਰ ਸਾਹਿਬ ਪੰਥਕ ਸੀਟ ਜਿੱਤੇ ਐਸ ਜੀ ਪੀ ਸੀ ਆਪਣਾ ਦਾਅਵਾ ਕਰਦੀ ਸੀ, ਅਕਾਲੀ ਦਲ ਦੇ ਵੱਲੋਂ ਵੱਡੇ ਵੱਡੇ ਦਾਅਵੇ ਠੋਕੇ ਜਾਂਦੇ ਸੀ ਕਿ ਅਸੀਂ ਪੰਜਾਬ ਦੀ ਪੰਥਕ ਪਾਰਟੀ ਹਾਂ, ਅਸੀਂ ਪੰਜਾਬ ਲਈ ਬਹੁਤ ਕੁਝ ਕੀਤਾ ਹੈ, ਪਰ ਅੱਜ ਪੰਜਾਬ ਦੇ ਲੋਕਾਂ ਨੇ ਆਪਣੀ ਪੰਥਕ ਪਾਰਟੀ ਨੂੰ ਬਹੁਤ ਪਿੱਛੇ ਖੜਾ ਦਿੱਤਾ ਹੈ। ਜਿਹੜੀਆਂ ਬਾਹਰੋਂ ਆਈਆਂ ਪਾਰਟੀਆਂ ਉਹ ਪੰਥਕ ਪਾਰਟੀਆਂ ਤੋਂ ਅੱਗੇ ਦਿਖ ਰਹੀਆਂ ਨੇ। ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਕਿਤੇ ਹੀ ਅੱਗੇ ਬੈਠੇ ਨੇ ਵਿਰਸਾ ਸਿੰਘ ਵਲਟੋਹਾ ਤੋਂ। ਤਾਂ ਵਿਰਸਾ ਸਿੰਘ ਵਲਟੋਹਾ ਨੂੰ ਮਹਿਜ਼ 61,179 ਵੋਟਾਂ ਪਈਆਂ ਨੇ। ਤਾਂ ਦੇਖ ਸਕਦੇ ਹੋ, ਤੁਹਾਨੂੰ ਬਾਰ ਬਾਰ ਫਿਗਰ ਦਿਖਾ ਰਹੇ ਹਾਂ, ਤਾਂ ਬੀਜੇਪੀ ਦੇ ਕੈਂਡੀਡੇਟ ਤੋਂ ਵੀ ਪਿੱਛੇ ਨੇ ਵਿਰਸਾ ਸਿੰਘ ਵਲਟੋਹਾ। ਹੁਣ ਵੇਖਣ ਇਹ ਹੋਵੇਗਾ, ਵੈਸੇ ਜਿੱਤ ਤਾਂ ਅੰਮ੍ਰਿਤਪਾਲ ਦੀ ਹੀ ਪੱਕੀ ਹੈ, ਪਰ ਫਿਰ ਵੀ ਹਾਲੇ ਨਤੀਜੇ ਆਉਣੇ ਬਾਕੀ ਨੇ। ਪਰ ਜਿਹੜੀ ਲੀਡ ਲੈ ਕੇ ਅੰਮ੍ਰਿਤਪਾਲ ਸਿੰਘ ਚੱਲ ਰਹੇ ਨੇ 1,20,000 ਦੀ, ਤਾਂ ਅੰਮ੍ਰਿਤਪਾਲ ਦੀ ਜਿੱਤ ਤਾਂ ਪੱਕੀ ਹੈ।